ਸਤਿ ਸ਼੍ਰੀ ਅਕਾਲ ਜੀ, ਹਰਜਿੰਦਰ ਵਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਮੇਰੇ ਦਰਸ਼ਕੋ, ਤੁਸੀਂ ਦੇਖਿਆ ਹੋਏਗਾ, ਮਹਿਸੂਸ ਕੀਤਾ ਹੋਊਗਾ ਕਿ ਜਦੋਂ ਦੀ ਪਹਿਲੇ ਪੜਾਅ ਦੀ ਪੋਲਿੰਗ ਖਤਮ ਹੋਈ ਹੈ ਨਾ 102 ਸੀਟਾਂ 'ਤੇ, ਉਸ ਤੋਂ ਬਾਅਦ ਮੋਦੀ ਸਾਹਿਬ ਦੇ ਬੋਲਣ ਦਾ ਢੰਗ ਬਦਲ ਗਿਆ। ਮੋਦੀ ਸਾਹਿਬ ਜਿਸ ਤਰੀਕੇ ਨਾਲ ਜਿਹੜੇ ਇਸ਼ੂ ਉਠਾ ਰਹੇ ਨੇ, ਮੁੱਦੇ 'ਤੇ ਗੱਲ ਪਹਿਲਾਂ ਵੀ ਨਹੀਂ ਕਰਦੇ ਸੀ, ਹੁਣ ਸਿੱਧੇ ਹੋ ਗਏ। ਜਿਵੇਂ ਕੱਲ੍ਹ ਰਾਜਸਥਾਨ ਦੇ ਜਲੌਰ ਦੇ ਵਿੱਚ ਜਾਂ ਬਾਂਸਵਾੜਾ ਦੇ ਵਿੱਚ ਬਿਲਕੁਲ ਸਿੱਧੇ ਕਹਿੰਦੇ, ਜਿਹੜੀ ਕਾਂਗਰਸ ਹੈ ਨਾ, ਲੋਕਾਂ ਨੂੰ ਡਰੈਸ ਕੇ ਕਹਿੰਦੇ, ਇਹ ਕਾਂਗਰਸ ਮੁਸਲਮਾਨਾਂ ਨੂੰ ਤੁਹਾਡੀ ਜਾਇਦਾਦ ਜਿਹੜੀ ਹੈ ਉਹ ਵੰਡ ਦੂਗੀ। ਕਮਾਲ ਹੈ, ਕਿਤੇ ਵੀ ਨਹੀਂ ਕਹਿੰਦੇ। ਇਹਨਾਂ ਨੇ ਲਿਖਿਆ, ਇਹਨਾਂ ਨੇ ਕਿਹਾ ਕਿ ਜੀ ਜਿਨ੍ਹਾਂ ਦੇ ਜ਼ਿਆਦਾ ਬੱਚੇ ਹੈ ਉਹਨਾਂ 'ਚ ਜਾਇਦਾਦ ਵੰਡ ਦੇਣਗੇ, ਮੁਸਲਮਾਨਾਂ ਨੂੰ ਜਾਇਦਾਦ ਵੰਡ ਦੇਣਗੇ। ਉਹ ਭਾਈ ਇਹ ਤਾਂ ਕਦੇ ਗੱਲ ਸੁਣੀ ਨਹੀਂ ਸੀ, ਲੇਕਿਨ ਮੋਦੀ ਸਾਹਿਬ ਬੜੇ ਵਿਸ਼ਵਾਸ ਨਾਲ ਕਹਿ ਰਹੇ ਸੀ। ਉਹਨਾਂ ਨੇ ਤਾਂ ਇੱਥੇ ਤੱਕ ਕਿਹਾ, ਕਹਿੰਦੇ ਜੀ ਇਹ ਚਲੋ ਮੁਸਲਮਾਨਾਂ ਦੀ ਗੱਲ ਕਰਨ ਤੋਂ ਬਾਅਦ ਔਰਤਾਂ ਨੂੰ ਕਹਿੰਦੇ, ਆ ਜਿਹੜੇ ਤੁਹਾਡੇ ਗਹਿਣੇ ਨੇ, ਜਿਹੜਾ ਤੁਹਾਡਾ ਸੋਨਾ, ਜਿਹੜਾ ਤੁਹਾਡਾ ਜਿਹੜਾ ਹੈ ਜਿਹਦੇ ਨਾਲ ਤੁਹਾਡਾ ਪਿਆਰ ਹੁੰਦਾ, ਇਹ ਤੁਹਾਡੇ ਖੋਹ ਕੇ ਯਾਨੀ ਤੁਹਾਡੇ ਮੰਗਲ ਸੂਤਰ ਤੱਕ ਖੋਹ ਲੈਣਗੇ। ਬੜੀ ਕਮਾਲ ਦੀ ਗੱਲ ਹੈ। ਮੋਦੀ ਸਾਹਿਬ ਅਜਿਹੀਆਂ ਗੱਲਾਂ ਯਾਨੀ ਦੇਸ਼ ਦੇ ਵਿੱਚ ਕਿਤੇ ਉਹਨਾਂ ਨੇ ਇਹ ਨਹੀਂ ਗੱਲ ਕੀਤੀ ਕਿ ਜੀ ਨੌਕਰੀਆਂ ਦੀ ਗੱਲ ਹੈ ਜਾਂ ਮਹਿੰਗਾਈ ਦੀ ਗੱਲ ਹੈ, ਕੱਲ੍ਹ ਇਹ ਗੱਲ ਕਹਿੰਦੇ ਨਜ਼ਰ ਆਏ। ਫਿਰ ਉਹਨਾਂ ਨੇ ਉਹ ਗੱਲ ਕੀਤੀ ਜਿਹੜੀ ਕਿਸਾਨਾਂ ਨਾਲ ਕਰਦੇ ਸੀ, ਹੁਣ ਸਮਝ ਆ ਗਈ ਵੀ ਕਿੱਥੋਂ ਗੱਲ ਆਈ ਸੀ। ਕਹਿੰਦੇ ਇਹ ਜਿਹੜੀ ਕਾਂਗਰਸ ਤਾਂ ਇਹ ਤਾਂ ਅਰਬਨ ਨਕਸਲੀਏ ਨੇ ਸਾਰੇ, ਯਾਨੀ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ ਨਾ ਕਿਸੇ ਬੰਦੇ ਦੀ, ਉਹ ਕੱਲ੍ਹ ਮੋਦੀ ਸਾਹਿਬ ਦੀ ਨਜ਼ਰ ਆ ਰਹੀ ਸੀ ਉਹਨਾਂ ਦੇ ਭਾਸ਼ਣ 'ਚੋਂ। ਮੈਂ ਭਾਸ਼ਣ ਸੁਣਿਆ ਉਹਨਾਂ ਦਾ, ਅਤੇ ਭਾਸ਼ਣ 'ਚ ਜਦੋਂ ਮੈਂ ਕਿਤੇ ਵੀ ਦੇਖਿਆ ਕਿ ਮੁਸਲਮਾਨਾਂ ਦੀ ਗੱਲ ਕਿੱਥੋਂ ਆ ਗਈ, ਮੈਨੂੰ ਮੋਦੀ ਸਾਹਿਬ 'ਤੇ ਨਹੀਂ ਇੰਨਾ ਇਤਰਾਜ਼। ਇਤਰਾਜ਼ ਤਾਂ ਮੈਨੂੰ ਸਾਡੇ ਚੋਣ ਕਮਿਸ਼ਨ 'ਤੇ ਹੈ ਵੀ ਉਹ ਕਰ ਕੀ ਰਿਹਾ। ਜਿਹੜਾ ਚੋਣ ਕਮਿਸ਼ਨ ਹੈ ਉਹਨੂੰ ਨਜ਼ਰ ਨਹੀਂ ਆਉਂਦਾ ਕਿ ਸਿੱਧੇ ਤੌਰ 'ਤੇ ਨਾਂ ਲੈ ਕੇ ਕਿ ਵੰਡੀ ਦੇ ਦਿਓ ਵੀ ਇਹ ਮੁਸਲਮਾਨਾਂ ਨੂੰ ਦੇ ਦੇਣਗੇ ਵੀ ਵੋਟ, ਤੁਸੀਂ ਸਾਨੂੰ ਵੋਟ ਪਾਓ। ਹੁਣ ਕਿ ਪਹਿਲਾਂ ਰਾਮ ਮੰਦਰ ਦੇ ਨਾਂ 'ਤੇ ਵੀ ਕਾਂਗਰਸ ਨੇ ਟਿਕਟ ਆਇਆ, ਰਾਮ ਮੰਦਰ ਤਾਂ ਅਸੀਂ ਬਣਾਇਆ ਜਿਵੇਂ ਯੋਗੀ ਕਹਿੰਦੇ ਸੀ, ਜੋ ਰਾਮ ਮੰਦਰ ਲੈ ਕੇ ਆਏ ਉਹ ਲੈ ਕੇ ਆਏਗੇ, ਤਾਂ ਹੋਰ ਕੀ ਹੈ। ਮਤਲਬ ਕਿ ਇਹ ਸਾਡੇ ਦੇਸ਼ ਦੇ ਵਿੱਚ 75 ਸਾਲ ਤੋਂ ਹੋ ਗਏ ਲੋਕਤੰਤਰ ਬਣੇ ਨੂੰ, ਇਸ ਤਰ੍ਹਾਂ ਵੋਟਾਂ ਮੰਗਾਂਗੇ ਅਸੀਂ? ਅਤੇ ਉਹ ਜਦੋਂ ਇਹ ਗੱਲ ਕਹਿ ਰਹੇ ਸੀ, ਬਿਲਕੁਲ ਉਹਨਾਂ ਨੇ ਕੋਈ ਉਹ ਨਹੀਂ, ਕਹਿੰਦੇ ਜੀ ਜਿਹੜੀ ਕਾਂਗਰਸ ਵਾਲੇ ਨੇ ਨਾ, ਇਹ ਤਾਂ ਜਾਂ ਉਹਨਾਂ ਨੂੰ ਇੰਡੀ ਗੱਠਜੋੜ ਕਹਿੰਦੇ ਨੇ, ਇਹਨਾਂ ਨੂੰ ਜਿਹੜਾ ਇੰਡੀਆ ਗੱਠਜੋੜ ਹੈ, ਇੰਡੀ ਗੱਠਜੋੜ ਤਾਂ ਆਪਣੇ ਬੱਚਿਆਂ ਨੂੰ ਫਿੱਟ ਕਰਨ ਲੱਗੇ ਹੋਏ ਨੇ। ਅਤੇ ਮੋਦੀ ਹੈ, ਇਹ ਵੀ ਇੱਕ ਬੜੀ ਕਮਾਲ ਹੈ, ਮੋਦੀ ਆਪਣੇ ਆਪ ਨੂੰ ਪਤਾ ਨਹੀਂ ਇਹ 'ਚ ਹੋਮੇ ਝਰਕਦੀ ਹੈ, ਤੁਹਾਨੂੰ ਕੀ ਲੱਗਦਾ ਹੋਊਗਾ ਮੋਦੀ ਕੀ ਗਰੰਟੀ ਹੈ? ਮੋਦੀ ਸਭੀ ਗਰੰਟੀਆਂ ਪੂਰੇ ਕਰੇਗਾ? ਮੋਦੀ ਉਹਦੀ ਗਰੰਟੀ ਹੈ, ਮੋਦੀ ਗਰੰਟੀ ਪੂਰੀਆਂ ਕਰਨ ਦੀ ਦੇ ਰਿਹਾ ਹੈ? ਤੋ ਇਹੋ ਜਿਹੀ ਗੱਲ ਕੱਲ੍ਹ ਵੀ ਕਹਿੰਦੇ, ਕਹਿੰਦੇ ਮੋਦੀ ਤੁਹਾਡੇ ਬੱਚਿਆਂ ਦੇ ਲਈ ਖੱਪ ਰਿਹਾ ਹੈ, ਮੇਰੇ ਤਾਂ ਆਪਣੇ ਕੋਈ ਹੈ ਨਹੀਂ, ਉਹ ਜਿਨ੍ਹਾਂ ਦੇ ਜ਼ਿਆਦਾ ਬੱਚੇ ਉਹਨਾਂ ਨੂੰ ਦੇਣਗੇ, ਇਹ ਗੱਲ ਸਮਝ ਨਹੀਂ ਆਈ। ਹਾਂ ਫਿਰ ਆਹ ਲਾਲਚ ਹੋਰ ਕੀ ਹੁੰਦਾ, ਤੁਹਾਡੇ ਮੁਫਤ ਰਾਸ਼ਨ ਤੁਹਾਨੂੰ ਮਿਲਦਾ, ਸਾਨੂੰ ਵੋਟ ਪਾ ਦਿਓ। ਤੋ ਚੋਣ ਕਮਿਸ਼ਨ ਤਾਂ ਚੁੱਪ ਬੈਠਾ, ਉਹ ਤਾਂ ਕੋਈ ਬੋਲਦਾ ਨਹੀਂ ਹੈ, ਤੋ ਇਹ ਗੱਲ ਵੀ ਨਹੀਂ ਬੋਲਿਆ। ਬੋਲਣਾ ਉਹਨਾਂ ਨੇ ਕੀ ਹੈ? ਬੋਲਣਾ ਤਾਂ ਉਹ ਬੋਲੇ ਜਦੋਂ ਜੈ ਭਵਾਨੀ ਕਹਿਤਾ ਉਦੋਂ ਠਾਕਰੇ ਨੇ, ਉਦੋਂ ਤਾਂ ਕਹਿੰਦੇ ਜੀ ਇਹ ਗਲਤ ਹੈ, ਇਹਦੀ ਸ਼ਿਕਾਇਤ ਕਰ ਦਿਉ। ਤੋ ਆਪਾਂ ਹਰ ਰੋਜ਼ ਹੀ ਜੈ ਸ਼੍ਰੀ ਰਾਮ, ਮਤਲਬ ਜੈ ਰਾਮ ਸ਼੍ਰੀ ਰਾਮ ਕਹਿੰਦੇ ਹਾਂ, ਉਦੋਂ ਕੋਈ ਗੱਲ ਨਹੀਂ, ਐਂ ਨਹੀਂ ਹੋਣਾ ਚਾਹੀਦਾ ਨਾ, ਪਰ ਹੋ ਰਿਹਾ ਵੀ, ਆਹ ਤਾਂ ਹੋ ਰਿਹਾ। ਹੁਣ ਇਹਦੇ ਵਿੱਚ ਕੀ ਹੈ, ਚਾਲ ਸਮਝ ਆਈ ਹੋਈ ਹੈ ਇੰਡੀਆ ਗੱਠਜੋੜ ਨੂੰ, ਚਾਲ ਸਮਝ ਆਈ ਹੈ ਸੋਨੀਆ ਗਾਂਧੀ ਨੂੰ, ਰਾਹੁਲ ਗਾਂਧੀ ਨੂੰ, ਖੜਗੇ ਨੂੰ,
ਕਿ ਇਹ ਚਾਹੁੰਦੇ ਕੀ ਨੇ ਮੋਦੀ ਸਾਹਿਬ ਤਾਂ ਇਹ ਚਾਹੁੰਦੇ ਨੇ ਕਿ ਇਹਦਾ ਜਵਾਬ ਦੇਣ ਇਹ ਇੰਡੀਆ ਗੱਠਜੋੜ ਦੇ ਲੀਡਰ ਇਹਦਾ ਜਵਾਬ ਦੇਣ ਅਤੇ ਅਸੀਂ ਮੁੱਦਾ ਇਹ ਬਣਾਈਏ ਉਹ ਕਿਉਂਕਿ ਮੁੱਦਾ ਬਣਾ ਰਹੇ ਨੇ ਨੌਕਰੀਆਂ ਨੂੰ 2 ਕਰੋੜ ਨੌਕਰੀਆਂ ਨੂੰ ਬੇਰੁਜ਼ਗਾਰੀ ਨੂੰ ਉਹ ਮੁੱਦਾ ਬਣਾ ਰਹੇ ਨੇ ਮਹਿੰਗਾਈ ਨੂੰ ਇਹ ਨਹੀਂ ਇਹ ਮੁੱਦੇ 'ਤੇ ਗੱਲ ਨਹੀਂ ਕਰਨਾ ਚਾਹੁੰਦੇ ਅਤੇ ਵੋਟ ਨਹੀਂ ਮਿਲਣੀ ਇਹ ਚਾਹੁੰਦੇ ਨੇ ਵੀ ਇਹਦਾ ਜਵਾਬ ਦੇਣ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਅਤੇ ਸਮਝ 'ਚ ਆਉਣ 'ਤੇ ਫਿਰ ਕੀ ਹੋਇਆ ਕਿ ਉਹਨਾਂ ਨੇ ਆਪ ਨਹੀਂ ਬੋਲੇ ਉਹ ਬੋਲੇ ਉਹਨਾਂ ਦਾ ਪਵਨ ਖੇੜਾ ਪਵਨ ਖੇੜਾ ਦੀ ਲੈਂਗੁਏਜ ਉਹ ਕਹਿੰਦਾ ਮੈਨੂੰ ਤਾਂ ਆਪ ਇਸੀ ਲੈਂਗੁਏਜ ਬੋਲਣਾ ਪੈ ਰਿਹਾ ਉਹ ਕਹਿੰਦਾ ਮੋਦੀ ਸਾਹਿਬ ਤੁਹਾਨੂੰ ਸ਼ਰਮ ਆਉਂਦੀ ਹੈ ਝੂਠ 'ਤੇ ਝੂਠ ਝੂਠ 'ਤੇ ਝੂਠ ਝੂਠ ਤਾਂ ਤੁਸੀਂ ਪਹਿਲਾਂ ਹੀ ਬੋਲਦੇ ਸੀ ਪਹਿਲਾਂ ਵੀ 15 ਲੱਖ ਤੋਂ ਲੈ ਕੇ ਹੁਣ ਤੱਕ ਝੂਠ ਹੀ ਬੋਲਿਆ ਉਹਨੂੰ ਜੁਮਲਾ ਦੱਸ ਦਿੰਦੇ ਸੀ ਹੁਣ ਤੁਸੀਂ ਇੰਨਾ ਝੂਠ ਬੋਲ ਰਹੇ ਚਲ ਸਾਨੂੰ ਦਿਖਾਓ ਅਸੀਂ ਕਿੱਥੇ ਨਿਆਂ ਪੱਤਰ 'ਚ ਲਿਖਿਆ ਇਹ ਕਿ ਮੁਸਲਮਾਨਾਂ ਨੂੰ ਅਸੀਂ ਜਿਹੜੇ ਜਾਇਦਾਦ ਦੇਵਾਂਗੇ ਵੰਡਾਂਗੇ ਦੱਸੋ ਮੁਸਲਮਾਨ ਦਾ ਜ਼ਿਕਰ ਵੀ ਦੱਸ ਦਿਉ ਵਰਡ ਵੀ ਦੱਸ ਦਿਉ ਜਿੱਥੇ ਮੁਸਲਮਾਨ ਲਿਖਿਆ ਸੀ ਚਾਹ ਕਿਤੇ ਹਿੰਦੂ ਦਾ ਜ਼ਿਕਰ ਕੀਤਾ ਹੋਵੇ ਦੱਸੋ ਤੁਸੀਂ ਪਵਨ ਖੇੜਾ ਕਹਿੰਦਾ ਮੈਨੂੰ ਕਹਿੰਦੇ ਸਮਝ ਨਹੀਂ ਆਉਂਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਕੀ ਕਹੀ ਜਾਂਦੇ ਹੋ ਤੁਹਾਡੀ ਮਾਨਸਿਕਤਾ ਨੂੰ ਕੀ ਹੋ ਗਿਆ ਹਾਰ ਦੇ ਡਰ ਤੋਂ ਤੁਸੀਂ ਇਹੋ ਜਿਹਾ ਕੁਛ ਕਰ ਰਹੇ ਹੋ ਜਾਓ ਤੁਸੀਂ ਰਿਟਾਇਰ ਹੋ ਜਾਓ ਘਰੇ ਬੈਠ ਜਾਓ ਇਹ ਛੱਡੋ ਤੁਸੀਂ ਫਿਰ ਉਹਨਾਂ ਨੇ ਜਿਹੜਾ ਵੱਡਾ ਤਿੱਖਾ ਬਿਆਨ ਕੀਤਾ ਮੋਦੀ ਸਾਹਿਬ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ ਨਾ ਪਹਿਲਾਂ ਇੱਥੇ ਪੜ੍ਹੇ ਲਿਖੇ ਲੋਕ ਬੈਠਦੇ ਸੀ ਵੱਡੇ ਵੱਡੇ ਵਿਦਵਾਨ ਬੈਠਦੇ ਸੀ ਇਸ਼ਾਰਾ ਡਾਕਟਰ ਮਨਮੋਹਨ ਸਿੰਘ ਵੱਲ ਮਤਲਬ ਕਿ ਜੋ ਕੇਜਰੀਵਾਲ ਕਹਿੰਦਾ ਸੀ ਚੌਥੀ ਪਾਸ ਉੱਧਰ ਇਸ਼ਾਰਾ ਕਰਤਾ ਜਿਹੜੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਉਹਨਾਂ ਦੇ ਹਾਲੇ ਤੱਕ ਤਾਂ ਨਹੀਂ ਆਈ ਟਰੈਪ 'ਚ ਨਹੀਂ ਫਸੀ ਟਰੈਪ 'ਚ ਬੁਰੀ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਇੱਧਰ ਆਓ ਅਸੀਂ ਤੁਹਾਨੂੰ ਢਾਈਏ ਫਿਰ ਕਰੀਏ ਅਤੇ ਗੱਲ ਥਾਂ ਥਾਂ 'ਤੇ ਜਿੱਥੇ ਵੀ ਜਾਂਦੇ ਨੇ ਰਾਮ ਮੰਦਰ ਦੀ ਗੱਲ ਜੋ ਰਾਮ ਮੰਦਰ ਲੈ ਕੇ ਆਏ ਹੈ ਉਹੀ ਕੀ ਲੈ ਕੇ ਆਉਣਗੇ ਉਸਕੋ ਉਨਕੋ ਲੈ ਕੇ ਆਓ ਫਿਰ ਜਿਹੜੀ ਇਹ ਗੱਲ ਵਾਰ ਵਾਰ ਹੋ ਰਹੀ ਹੈ ਕਿ ਕਾਂਗਰਸ ਰਾਮ ਮੰਦਰ 'ਚ ਡਿੱਗਾ ਪਾ ਰਹੀ ਸੀ ਗਲਤ ਆਹੀ ਹੈ ਕਿ ਮੁੱਦੇ ਨਾ ਹੋਣ ਰਾਮ ਮੰਦਰ ਨੂੰ ਮੁੱਦਾ ਬਣਾ ਲਈਏ ਇੱਕ ਗੱਲ ਤਾਂ ਆਪ ਮੰਨਣ ਲੱਗ ਗਏ ਉਹਨਾਂ ਦਾ ਇੱਕ ਬੰਦਾ ਕਹਿ ਰਿਹਾ ਸੀ ਕਿ ਇਸ ਵਾਰ ਮੋਦੀ ਲਹਿਰ ਨਹੀਂ ਬਿਲਕੁਲ ਨਹੀਂ ਰਿਹਾ ਮੋਦੀ ਲਹਿਰ ਇਹ ਮੁੱਦਾ ਬਣਾਉਣਾ ਚਾਹੁੰਦੇ ਨੇ ਰਾਮ ਮੰਦਰ ਨੂੰ ਧਰਮ ਨੂੰ ਅਤੇ ਦੂਜੇ ਪਾਸੇ ਇੰਡੀਆ ਗੱਠਜੋੜ ਹੈ ਉਹ ਕਹਿੰਦੇ ਵੀ ਆਪਾਂ ਮੁੱਦਾ ਬਣਾਈਏ ਕਿਸ ਨੂੰ ਆਪਾਂ ਮੁੱਦਾ ਬਣਾਈਏ ਬੇਰੁਜ਼ਗਾਰੀ ਨੂੰ ਮਹਿੰਗਾਈ ਨੂੰ ਹੁਣ ਕੱਲ੍ਹ ਖੜਗੇ ਸਾਹਿਬ ਸੀ ਖੜਗੇ ਸਾਹਿਬ ਬੋਲ ਰਹੇ ਸੀ ਉੱਥੇ ਸਦਨਾਂ ਦੇ ਵਿੱਚ MP ਦੇ ਵਿੱਚ ਉਹ ਕਹਿੰਦੇ ਦੇਖੋ ਜਿਹੜਾ ਜਦੋਂ ਵੀ ਗਰੀਬ ਮਰਦਾ ਹੈ ਮਹਿੰਗਾਈ ਸਭ ਕੁਛ ਲੱਕ ਤੋੜ ਰਹੀ ਹੈ ਲੋਕਾਂ ਦਾ ਕਿਸੇ ਨੂੰ ਕੋਈ ਦੁੱਖ ਨਹੀਂ ਨਾ ਚੋ ਨਾ ਮੋਦੀ ਸਾਹਿਬ ਨੂੰ ਨਾ ਅਮਿਤ ਸ਼ਾਹ ਨੂੰ ਅਤੇ ਉਹਨਾਂ ਨੇ ਫਿਰ ਉੱਥੇ ਦੱਸਿਆ ਕਦੋਂ ਜਦੋਂ UPA ਸੀ ਜਦੋਂ ਉਹਨਾਂ ਦੀ ਸਰਕਾਰ ਸੀ ਮਨਮੋਹਨ ਸਿੰਘ ਦੀ ਉਦੋਂ ਪੈਟਰੋਲ 66 ਰੁਪਏ ਸੀ ਹੁਣ 100 ਰੁਪਏ ਹੈ ਡੀਜ਼ਲ ਉਦੋਂ 52 ਰੁਪਏ ਸੀ ਹੁਣ 88 ਰੁਪਏ ਹੈ ਗੈਸ ਸਿਲੰਡਰ ਉਦੋਂ 414 ਸੀ ਹੁਣ 903 ਹੈ ਆਟਾ 210 ਰੁਪਏ ਹੁੰਦਾ ਸੀ 10 ਕਿਲੋ ਆਟੇ ਦਾ ਭਾਅ ਹੁਣ 437 ਉਹਨਾਂ ਨੇ ਕੱਲੀ ਕੱਲੀ ਗੱਲ ਗਿਣਾ ਕੇ ਉਹ ਮਹਿੰਗਾਈ 'ਤੇ ਜ਼ੋਰ ਦੇ ਰਹੇ ਨੇ ਇਹ ਗੱਲ ਚੰਗੀ ਨਹੀਂ ਲੱਗਦੀ ਦੇਖੋ ਹੁਣ ਸਿਆਣੇ ਕਿੰਨੇ ਹੋ ਗਏ ਇਹ ਜਿਹੜੇ ਲੀਡਰ ਨੇ ਕੱਲ੍ਹ ਤੇਜਸਵੀ ਯਾਦਵ ਨੂੰ ਪੁੱਛਿਆ ਕਿ ਦੱਸੋ ਜੀ ਤੁਸੀਂ ਉਹ ਮੋਦੀ ਸਾਹਿਬ ਇਹ ਕਹਿੰਦੇ ਨੇ ਮੁਸਲਮਾਨਾਂ ਦੇ ਉਹਨੇ ਕੋਈ ਜਵਾਬ ਨਹੀਂ ਕਿਉਂਕਿ ਜੇ ਕੋਈ ਜਵਾਬ ਦਿੰਦਾ ਉਹਨੂੰ ਇਸ਼ੂ ਬਣ ਜਾਣਾ ਸੀ ਅਤੇ ਉਹ ਕਹਿੰਦਾ ਭਾਈ ਤੁਸੀਂ ਮੁੱਦਿਆਂ 'ਤੇ ਗੱਲ ਕਰੋ ਛੱਡੋ ਇਹਨਾਂ ਗੱਲਾਂ ਨੂੰ ਤੁਸੀਂ ਮੁੱਦਿਆਂ 'ਤੇ ਪੁੱਛੋ ਤੁਸੀਂ ਬੇਰੁਜ਼ਗਾਰੀ ਬਾਰੇ ਪੁੱਛੋ ਅਗਨੀਵੀਰ ਬਾਰੇ ਪੁੱਛੋ
ਤੁਸੀਂ ਜਿਹੜੀ ਹੈ ਬੇਰੁਜ਼ਗਾਰੀ ਮਹਿੰਗਾਈ ਬਾਰੇ ਪੁੱਛੋ, ਜਿਹੜੀ ਉਹਨਾਂ ਨੇ ਗੱਲ ਬਦਲਤੀ ਬਿਲਕੁਲ ਉਸ ਤਰ੍ਹਾਂ ਜਿਵੇਂ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਦੀ ਜਦੋਂ ਪ੍ਰੈਸ ਕਾਨਫਰੰਸ ਪਹਿਲਾਂ ਹੀ ਸਵਾਲ ਆਇਆ ਕਿ ਤੁਸੀਂ ਵਾਇਨਾਡ ਤੋਂ ਕਿਉਂ ਨਹੀਂ ਕਿਉਂ ਚਲੇ ਗਏ, ਅਮੇਠੀ ਤੋਂ ਕਿਉਂ ਨਹੀਂ ਲੜ ਰਹੇ, ਉਹ ਕਹਿੰਦਾ ਵੀ ਇਹ ਬੀਜੇਪੀ ਦਾ ਕੁਐਸਚਨ ਹੈ ਅਤੇ ਬੀਜੇਪੀ ਇਹੋ ਜਿਹੇ ਕੁਐਸਚਨ ਕਰਾ ਕੇ ਫਿਰ ਉਹ ਇਸ਼ੂ ਬਣਾਉਣਾ ਚਾਹੁੰਦੀ ਹੈ। ਇੱਥੇ ਹੁਣ ਇਹਨਾਂ ਨੇ ਬੈਠ ਕੇ ਸਟ੍ਰੈਟਜੀ ਬਣਾ ਲਈ ਵੀ ਇਹਨਾਂ ਦੇ ਟਰੈਪ 'ਚ ਨਹੀਂ ਫਸਣਾ। ਕੱਲ੍ਹ ਤਾਂ ਖੈਰ ਇਹਨਾਂ ਨੇ ਬਹੁਤ ਬੁਰੀ ਤਰੀਕੇ ਨਾਲ ਰਾਂਚੀ ਦੇ ਵਿੱਚ ਜਿਵੇਂ ਇਕੱਠ ਕੀਤਾ ਹੈ ਅਪੋਜੀਸ਼ਨ ਨੇ, ਇੰਡੀਆ ਗਠਜੋੜ ਨੇ, ਅਤੇ ਜਿਵੇਂ ਉੱਥੇ ਪ੍ਰਿਯੰਕਾ ਚਤੁਰਵੇਦੀ, ਕਲਪਨਾ ਸ਼੍ਰੇਣ, ਸੰਜੇ ਸਿੰਘ, ਜਿਹੜੀ ਸੁਨੀਤਾ ਕੇਜਰੀਵਾਲ, ਚੁਪਈ ਸ਼੍ਰੇਣ, ਦੂਜਾ ਭਗਵੰਤ ਮਾਨ, ਫਾਰੂਕ ਅਬਦੁੱਲਾ, ਅਖਿਲੇਸ਼ ਯਾਦਵ ਸਾਰੇ ਸੀ। ਰਾਹੁਲ ਗਾਂਧੀ ਕਿਉਂਕਿ ਉਹਦਾ ਪ੍ਰੋਬਲਮ ਸੀ, ਫੂਡ ਪੋਇਜ਼ਨਿੰਗ ਹੋਈ ਹੈ, ਉਹ ਨਹੀਂ ਸੀ, ਲੇਕਿਨ ਖੜਗੇ ਸਾਹਿਬ ਪਹੁੰਚ ਗਏ ਸੀ, ਲੇਟ ਪਹੁੰਚੇ ਭਾਵੇਂ। ਅਤੇ ਉੱਥੇ ਜਿਸ ਤਰੀਕੇ ਨਾਲ ਫਿਰ ਜਿਹੜੇ ਵਿਰੋਧੀ ਧਿਰ ਨੇ ਰਗੜੇ ਲਾਏ ਨੇ ਮੋਦੀ ਸਾਹਿਬ ਨੂੰ ਉੱਥੇ, ਹਾਲਾਂਕਿ ਦੇਖੋ 10,40,00,000 ਸੈਂਸਰੀ ਕਹਿੰਦੀ ਹੈ ਪਿਛਲੀ ਜਿਹੜੀ ਵੋਟ ਹੈ ਐਸ ਟੀ ਦੀ, ਸਿਰੂ ਟ੍ਰਾਈਬ ਦੀ, ਜਿਹਦੇ ਲੀਡਰ ਨੇ ਇਹ ਝਾਰਖੰਡ ਮੁਕਤੀ ਮੋਰਚਾ ਦੇ ਸ਼ਿਬੂ ਸ਼੍ਰੀ, ਜਿਨ੍ਹਾਂ ਨੇ ਕੱਲ੍ਹ ਰੈਲੀ ਕਰਵਾਈ ਸੀ, ਉਹ ਵੋਟ 'ਤੇ ਵੱਡਾ ਅਸਰ ਪੈਣਾ। ਰਾਜਪੂਤ ਪਹਿਲੇ ਹੀ ਖਿਲਾਫ ਨੇ, ਰਾਜਪੂਤ ਤਾਂ ਤੁਹਾਡੇ ਸਾਹਮਣੇ ਆ ਕਿ ਉਹਨਾਂ ਨੇ ਤਾਂ ਲੋਟੇ 'ਚ ਨਮਕ ਪਾ ਕੇ ਕਸਮ ਖਾਧੀ ਹੋਈ ਹੈ। ਅਤੇ ਦੂਜੇ ਪਾਸੇ ਇਹ ਹੁਣ ਆਦਿਵਾਸੀ ਇੱਕ ਸਵਾਲ ਕਰਨ ਲੱਗ ਗਏ ਕਿ ਜੀ ਤੁਸੀਂ ਇਹ ਦੱਸੋ, ਮੰਨ ਲੈਂਦੇ ਵੀ ਤੁਸੀਂ ਆਦਿਵਾਸੀ ਦੇ ਜਿਹੜੇ ਰਾਸ਼ਟਰਪਤੀ ਮੁਰਮੂ ਬਣਾ ਤੀ ਦ੍ਰੌਪਦੀ ਮੁਰਮੂ, ਲੇਕਿਨ ਰਾਮ ਮੰਦਰ 'ਤੇ ਉਹਨੂੰ ਤਾਂ ਤੁਸੀਂ ਬੁਲਾਇਆ ਨਹੀਂ, ਉੱਥੇ ਚੜ੍ਹ ਨਹੀਂ ਦਿੱਤਾ, ਉੱਥੇ ਮੰਦਰ 'ਚ ਨਹੀਂ ਜਾਣ ਦਿੱਤਾ। ਜਿਹੜੀ ਸਵਾਲਾਂ ਦੇ ਜਵਾਬ ਤਾਂ ਇਹਨਾਂ ਕੋਲ ਹੈ ਨਹੀਂ। ਅਤੇ ਫਿਰ ਇਹ ਚਾਹੁੰਦੇ ਨੇ ਕਿ ਅਸੀਂ ਇਸ ਤਰੀਕੇ ਨਾਲ ਵੰਡ ਕਰੀਏ। ਸੋ ਇਹ ਸਾਰੇ ਹਾਲਾਤ ਦੇ ਵਿੱਚ ਦੇਸ਼ ਦੀ ਇਹ ਇਲੈਕਸ਼ਨ ਚੱਲ ਰਹੀ ਹੈ। ਮੇਰੇ ਪਿਆਰੇ ਦਰਸ਼ਕੋ, ਮਤਲਬ ਇਹੀ ਹੈ ਕਿ ਜਿਹੜੇ ਆਪਣੇ ਪੰਜਾਬੀ ਦੇ ਦਰਸ਼ਕ ਨੇ ਉਹਨਾਂ ਨੂੰ ਕੌਮੀ ਰਾਜਨੀਤੀ ਦੀ ਗੱਲ ਵੀ ਜਿਹੜੀ ਹੈ ਸਮਝ ਆਉਣੀ ਚਾਹੀਦੀ ਹੈ। ਆਪਣਾ ਦੇਸ਼ ਨੂੰ ਜਦੋਂ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਨਾ, ਕੋਈ ਸੂਬੇ ਦੀ ਸਰਕਾਰ ਤਾਂ ਚੁਣਨੀ ਨਹੀਂ, ਅਤੇ ਸਾਨੂੰ ਉਸ ਪਾਸੇ ਵੀ ਨਿਰਣਾ ਲੈਣ 'ਚ ਜਿਹੜੀ ਹੈ ਫੈਸਲਾ ਕਰਨ 'ਚ ਆਸਾਨੀ ਹੋਵੇ। ਇਸ ਕਿਸਮ ਦੀ ਗਾਹੇ ਬਗਾਏ ਮੈਂ ਵੀਡੀਓ ਪਾ ਰਿਹਾ, ਅੱਜ ਵੀ ਪਾਈ ਹੈ। ਅਖੀਰ ਦੇ ਵਿੱਚ ਤਾਂ ਮੈਂ ਇਹੀ ਕਹਿਣਾ ਤੁਹਾਨੂੰ ਕਿ ਜੇ ਤੁਹਾਨੂੰ ਮੇਰਾ ਇਹ ਐਫਰਟ ਠੀਕ ਲੱਗਦੀ ਹੈ, ਜੇ ਠੀਕ ਲੱਗਦਾ, ਸਹੀ ਲੱਗਦਾ, ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।